ਫਰੀਦਕੋਟ ਦੇ ਹਲਕਾ ਕੋਟਪੁਰਾ ਦੇ ਪਿੰਡ ਢਿਲਵਾਂ ਕਲਾਂ 'ਚ ਵਿਆਹ ਸਮਾਗਮ 'ਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਲਾੜੀ ਦੀ ਮਾਂ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਲਾੜੀ ਦੀ ਮਾਂ ਦਾ ਪਰਸ 12 ਸਾਲ ਦੀ ਇੱਕ ਚਲਾਕ ਕੁੜੀ ਵੱਲੋਂ ਚੋਰੀ ਕੀਤਾ ਗਿਆ ਹੈ, ਜਿਸ 'ਚ 5 ਤੋਲੇ ਸੋਨਾ ਅਤੇ 3 ਲੱਖ ਰੁਪਏ ਦੀ ਨਕਦੀ ਸੀ। ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਇਹ ਚਲਾਕ ਕੁੜੀ ਮੌਕੇ ਤੋਂ ਫਰਾਰ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਵਿਆਹਤਾ ਦੀ ਮਾਂ ਦੇ ਬਿਆਨਾਂ 'ਤੇ ਪੈਲਸ 'ਚ ਲੱਗੇ ਕੈਮਰਿਆਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੈਲਸ ਦੇ ਕੈਮਰਿਆਂ ਦੀ ਫੁਟੇਜ 'ਚ ਕੁੜੀ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ, ਜਿਸ ਦੇ ਆਧਾਰ 'ਤੇ ਹੁਣ ਉਸਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੁੜੀ ਉਸਦੇ ਆਲੇ ਦੁਆਲੇ ਚੱਕਰ ਲਗਾ ਰਹੀ ਸੀ, ਜਿਸਦੇ ਹੱਥ 'ਚ ਇੱਕ ਸੌਸ ਵਾਲਾ ਗਲਾਸ ਵੀ ਸੀ। ਇਸੇ ਦੌਰਾਨ ਇੱਕ ਵੇਟਰ ਉਹਨਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਦੇਣ ਆਉਂਦਾ ਹੈ, ਜਿਸ ਦਾ ਫਾਇਦਾ ਚੁੱਕ ਕੇ ਕੁੜੀ ਲਾੜੀ ਦੀ ਮਾਂ ਦੇ ਕੱਪੜੇ 'ਤੇ ਸੌਸ ਸੁੱਟ ਦਿੰਦੀ ਹੈ। ਕੱਪੜੇ ਸਾਫ਼ ਕਰਨ ਲਈ ਜਦੋਂ ਲਾੜੀ ਦੀ ਮਾਂ ਕਮਰੇ 'ਚ ਜਾਂਦੀ ਹੈ ਤਾਂ ਉਹ ਵੀ ਉਸਦੇ ਪਿੱਛੇ ਚਲੀ ਜਾਂਦੀ ਹੈ, ਪਰ ਉਸਦੇ ਹੱਥ ਪਰਸ ਨਹੀਂ ਲੱਗਦਾ। ਲਾੜੀ ਦੀ ਮਾਂ ਨੇ ਇਹ ਵੀ ਦੱਸਿਆ ਕਿ ਜਦੋਂ ਲਾਵਾਂ ਦੇ ਲਈ ਗੁਰਦੁਆਰਾ ਸਾਹਿਬ ਜਾਂਦੇ ਹਨ ਤਾਂ ਮਹਿਮਾਨਾਂ ਨਾਲ ਗੱਲਬਾਤ ਕਰਦਿਆਂ ਕੁੜੀ ਉਸਦਾ ਪਰਸ ਚੋਰੀ ਕਰਕੇ ਲੈ ਉੱਡਦੀ ਹੈ। ਦੂਜੇ ਪਾਸੇ ਲਾੜੀ ਦੇ ਪਿਤਾ ਨੇ ਫੁਟੇਜ ਦੇਖ ਕੇ ਸ਼ੱਕ ਜਤਾਇਆ ਹੈ ਕਿ ਉਸਦੇ ਨਾਲ ਇੱਕ ਵੇਟਰ ਅਤੇ ਮੁੰਡਾ ਵੀ ਸੀ ਜੋ ਉਸਦਾ ਸਾਥ ਦੇ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ। ਫਰੀਦਕੋਟ ਦੇ ਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਸਰ, ਮੇਰਾ ਨਾਮ ਨਰਿੰਦਰ ਸਿੰਘ ਹੈ ਜੀ। ਅਸੀਂ ਸਰ ਇੱਥੇ ਕੋਟਕਪੂਰੇ ਸ਼ਹਿਨਸ਼ਾਹ ਪੈਲਸ ਦੇ ਵਿੱਚ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਬਠਿੰਡਾ ਦੇ ਰਹਿਣ ਵਾਲੇ ਹਾਂ ਜੀ। ਅਸੀਂ ਸ਼ਹਿਨਸ਼ਾਹ ਪੈਲਸ ਵਿੱਚ ਸ਼ਾਦੀ ਕਰਨ ਲਈ ਆਏ ਸੀ। ਸਾਡੀ ਬੇਟੀ ਸ਼ਾਦੀ ਸੀਗੀ ਜੀ, ਅਤੇ ਉਸ ਸਾਡੇ ਬੜੇ ਬਹੁਤ ਸੋਹਣਾ ਸਾਡਾ ਵਿਆਹ ਦਾ ਸਮਾਗਮ ਚੱਲ ਰਿਹਾ ਸੀਗਾ ਸਰ, ਅਤੇ ਉਸ ਤੋਂ ਬਾਅਦ ਅਸੀਂ ਆਨੰਦ ਕਾਰਜ ਦੀ ਰਸਮ ਲਈ ਗੁਰਦੁਆਰਾ ਗੋਦਾਵਰੀ ਸਾਹਿਬ ਪਿੰਡ ਢਿਲਵਾਂ ਗਏ ਜੀ। ਅਤੇ ਉੱਥੇ ਜੋ ਸਾਡੇ ਅਰਦਾਸ ਚੱਲ ਰਹੀ ਸੀ ਆਨੰਦ ਕਾਰਜਾਂ ਤੋਂ ਪਹਿਲਾਂ ਜੋ ਅਰਦਾਸ ਹੁੰਦੀ ਹੈ, ਅਰਦਾਸ ਦੇ ਵਿੱਚ ਅਸੀਂ ਖੜ੍ਹੇ ਹੋਏ ਤਾਂ ਸਾਡਾ ਮੇਰੇ ਘਰਵਾਲੀ ਦਾ ਜਿਹੜਾ ਪਰਸ ਸੀਗਾ ਜੀ ਉਹ ਮੈਂ ਗੁੰਮ ਹੋ ਗਿਆ। ਜੋ ਗੁੰਮ ਹੋਣ ਤੋਂ ਬਾਅਦ ਅਸੀਂ ਰੌਲਾ ਪੈ ਗਿਆ ਜੀ, ਅਸੀਂ ਰਿਸ਼ਤੇਦਾਰਾਂ ਤੋਂ ਪੁੱਛ ਪੜਤਾਲ ਕਰਦੇ ਰਹੇ ਅਤੇ ਸਾਨੂੰ ਉਹਦੀ ਮਤਲਬ ਕਿ ਪਤਾ ਨਹੀਂ ਲੱਗਿਆ ਜੀ ਕਿੱਧਰ ਗਿਆ। ਕੀ ਸੀਗਾ ਸਰ ਉਹਦੇ ਵਿੱਚ? ਕੋਈ ਤਕਰੀਬਨ 5 ਤੋਲੇ ਸੋਨਾ ਸੀਗਾ ਅਤੇ 3 ਲੱਖ ਰੁਪਈਆ ਸਾਡਾ ਨਕਦ ਸੀਗਾ। ਕੋਈ 5 ਲੱਖ ਰੁਪਈਏ ਦੇ ਕਰੀਬ ਸਾਡਾ ਨੁਕਸਾਨ ਹੋਇਆ ਜੀ। ਅਸੀਂ ਮਤਲਬ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ CCTV ਫੁਟੇਜ ਉਹਨਾਂ ਤੋਂ ਮੰਗੀ, ਉਹਨਾਂ ਤੋਂ ਲਈ ਅਸੀਂ। ਉਹ ਲੈਣ ਤੋਂ ਬਾਅਦ ਫਿਰ ਅਸੀਂ CCTV ਫੁਟੇਜ ਸ਼ਹਿਨਸ਼ਾਹ ਪੈਲਸ ਵਾਲਿਆਂ ਤੋਂ ਵੀ ਲਈ। ਹਾਂਜੀ, ਉਹਦੇ ਵਿੱਚ ਉਹ ਲੜਕੀ ਪਰਸ ਚੱਕਦੀ ਹੋਈ ਅਤੇ ਪਰਸ ਲੈ ਕੇ ਭੱਜਦੀ ਹੋਈ ਨਜ਼ਰ ਆ ਰਹੀ ਹੈ ਜੀ। ਉਮਰ ਕੋਈ 13-14 ਸਾਲ ਦੀ ਹੈ ਅਤੇ ਨਾਲ ਉਹਦੇ ਇੱਕ ਲੜਕਾ ਹੈ ਜਿਹੜਾ ਬਾਹਰ ਨਿਕਲਦਾ। ਉਹ ਮੇਰੀ ਮਿਸਿਜ ਦੇ ਪਿੱਛੇ ਆ ਕੇ ਬੈਠ ਗਈ, ਜਦੋਂ ਮੇਰੀ ਮਿਸਿਜ ਬੈਠੀ ਜੀ ਉਹਨੇ ਪਿੱਛੇ ਆ ਕੇ ਬੈਕ ਸਾਈਡ 'ਤੇ ਬੈਠ ਗਈ। ਜਦੋਂ ਅਰਦਾਸ ਹੋਣੀ ਸੀਗੀ, ਅਰਦਾਸ ਕਰ ਰਹੇ ਸੀਗੇ, ਮੇਰੀ ਮਿਸਿਜ ਉੱਠੇ ਅਤੇ ਸਾਡੇ ਇੱਕ ਰਿਸ਼ਤੇਦਾਰ ਸੀਗੇ ਜੀ, ਉਹਨਾਂ ਮਾੜੀ ਗੱਲ ਕਰਨ ਲੱਗੇ, ਪਰਸ ਸਾਈਡ 'ਤੇ ਸੀਗਾ ਜੀ ਨਾਲ ਹੀ, ਤਾਂ ਉਹ ਚੱਕ ਕੇ ਜੀ ਮਤਲਬ ਕਿ CCTV ਦੇ ਵਿੱਚ ਨਜ਼ਰ ਆ ਰਹੀ ਹੈ ਜਾਂਦੀ ਹੋਈ। ਉਸਦੇ ਨਾਲ ਕੋਈ ਹੋਰ ਵੀ ਸੀ? ਹਾਂਜੀ, ਇੱਕ ਲੜਕਾ CCTV ਦੇ ਵਿੱਚ ਸਾਨੂੰ ਮਤਲਬ ਕਿ ਕਲੀਅਰ ਹੋਇਆ ਜੀ, ਇੱਕ ਲੜਕਾ ਵੀ ਨਾਲ ਬਾਹਰ ਨਿਕਲਿਆ ਉਹਦੀ। ਉਸ ਤੋਂ ਬਾਅਦ ਅਸੀਂ CCTV ਸ਼ਹਿਨਸ਼ਾਹ ਪੈਲਸ ਵਾਲਿਆਂ ਤੋਂ ਲਈ ਹੈ ਜੀ। ਉਹਦੇ ਵਿੱਚ ਵੀ ਅਸੀਂ ਦੇਖਿਆ ਜੀ, ਜਿਹੜੇ ਚਾਹ ਪੀਂਦੇ ਹਾਂ, ਜਦੋਂ ਅਸੀਂ ਬਰਾਤ ਚਾਹ ਪੀ ਰਹੇ ਅਸੀਂ ਚਾਹ ਪੀ ਰਹੇ ਹਾਂ ਅਤੇ ਮੇਰੀ ਘਰਵਾਲੀ ਦੇ ਮਗਰ ਮਗਰ ਉਹ ਸੌਸ ਲੈ ਕੇ ਘੁੰਮ ਰਹੀ ਹੈ। ਹਾਂਜੀ, ਉਹੀ ਸੇਮ ਕੁੜੀ ਜੀ। ਉਹ ਅਸੀਂ CCTV ਫੋਟੇ ਦੇ ਵਿੱਚ ਸਾਨੂੰ ਮਤਲਬ ਕਿ ਬਾਅਦ 'ਚ ਪਤਾ ਲੱਗਿਆ ਜੀ ਵੀ ਆਹ ਚੀਜ਼ ਹੈ ਜੀ। ਹਾਂਜੀ, ਉਹ ਬੇਟਰਾਂ ਨੂੰ ਇਸ਼ਾਰੇ ਹੈਗੇ ਜੀ ਮੇਰੇ ਕੋਲ, ਇੱਥੇ CCTV ਵਿੱਚ ਮੈਂ ਨੋਟ ਕੀਤੇ ਜੀ, ਉਹਨਾਂ ਦਾ ਟਾਈਮ ਵੀ ਹੈਗਾ ਜੀ ਮੇਰੇ ਕੋਲ। ਸਰ, ਪੈਲਸ ਦੇ ਵਿੱਚ ਸੌਸ ਲੈ ਕੇ ਮੇਰੀ ਪਤਨੀ ਦੇ ਮਗਰ ਘੁੰਮ ਰਹੀ ਹੈ ਜੀ ਉਹ। ਜਦੋਂ ਮੇਰੇ ਘਰ ਦੇ ਕੱਪੜਿਆਂ 'ਤੇ ਸੌਸ ਪੈ ਗਈ, ਸਾਨੂੰ ਪਤਾ ਲੱਗਿਆ ਜੀ ਵੀ ਸੌਸ ਪੈ ਗਈ, ਤਾਂ ਮੇਰੀ ਮਿਸਿਜ ਨੂੰ ਜਿੱਥੇ ਸਾਡੀ ਲੜਕੀ ਬੈਠੀ ਬਿਠਾਈ ਹੋਈ ਸੀ ਰੂਮ 'ਤੇ ਸੀ, ਉਸ ਰੂਮ 'ਚ ਲਿਜਾਇਆ ਗਿਆ। ਤਾਂ ਉਸ ਰੂਮ ਦੇ ਵਿੱਚ ਵੀ ਉਹ ਸਾਡੇ ਮਗਰ ਉਹਨਾਂ ਨੇ ਐਂਟਰ ਕੀਤਾ, ਕੁੜੀ ਨੇ ਮੁੰਡੇ ਨੇ ਅਤੇ ਬਹਿਰੇ ਨੇ ਵੀ ਐਂਟਰ ਕੀਤਾ, ਜਿਹ 'ਤੇ ਸਾਨੂੰ ਮਤਲਬ ਕਿ ਉਹ ਸ਼ੱਕਾ ਬਹਿਰਾ ਨਾਲ ਰਲਿਆ ਹੋਇਆ। ਅਤੇ ਉਸ ਤੋਂ ਬਾਅਦ ਉੱਥੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ? ਹਾਂਜੀ, ਉੱਥੇ ਰਸ਼ ਪੈ ਗਿਆ ਜੀ, ਫਿਰ ਸਾਡੇ ਰਿਸ਼ਤੇਦਾਰ ਨਾਲ ਰਸ਼ ਪੈ ਗਿਆ, ਸਾਡੇ ਬੱਚੇ ਪਹੁੰਚ ਗਏ ਉੱਥੇ, ਦਾ ਨਹੀਂ ਲੱਗਿਆ ਜੀ ਉੱਥੇ ਉਹਦਾ। ਹਾਂਜੀ, ਉਸ ਤੋਂ ਬਾਅਦ ਫਿਰ ਜਦੋਂ ਆਨੰਦ ਕਾਰਜ ਦੀ ਰਸਮ ਸਮੇਂ ਜੀ
ਅਸੀਂ ਥਾਣਾ ਸਦਰ ਕੋਟਕਪੂਰਾ ਵਿਖੇ ਅਸੀਂ ਇਹਦੀ ਰਿਪੋਰਟ ਦਿੱਤੀ ਜੀ, ਅਤੇ ਉਹ ਮਤਲਬ ਕਿ ਕਾਰਵਾਈ ਉਹ ਕਹਿੰਦੇ ਕਾਰਵਾਈ ਚੱਲ ਰਹੀ ਹੈ ਜੀ ਇਹਦੇ ਦੌਰਾਨ। ਹਾਂਜੀ ਸਰ, ਸਾਡਾ ਕੁੱਲ 5 ਲੱਖ ਦਾ ਨੁਕਸਾਨ ਹੋਇਆ ਜੀ। ਇੱਕ ਹੋਰ ਵੀ ਤੁਸੀਂ ਗੱਲ ਕਰ ਰਹੇ ਸੀ ਇਸ ਸੰਬੰਧ ਦੇ ਵਿੱਚ, ਜੋ ਉਹਨਾਂ ਨੇ ਲਈਆਂ ਨੇ ਜੋ ਜਿਨ੍ਹਾਂ ਦਾ ਪਰਸ ਚੋਰੀ ਹੋਇਆ ਹੈ ਉਹਦੀ ਕੰਪਲੇਂਟ ਕੀਤੀ ਹੈ ਸੰਬੰਧਿਤ SHO ਨੂੰ, ਉਹਦੇ ਆਧਾਰ 'ਤੇ ਅਸੀਂ ਇੱਕ ਕੇਸ ਰਜਿਸਟਰ ਕਰ ਲਿਆ, ਜੋ ਬਣਦੀ ਕਾਰਵਾਈ ਹੈ ਜਲਦੀ ਤੋਂ ਜਲਦੀ ਉਹ ਰਿਕਵਰ ਕਰਨ ਲਈ ਸਾਡੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਹਾਂ ਇਹ ਸਾਰੀਆਂ ਗੱਲਾਂ ਤਫਤੀਸ਼ ਦੌਰਾਨ ਦੇਖੀਆਂ ਜਾਣਗੀਆਂ, ਤਫਤੀਸ਼ੀ ਅਫਸਰ ਆ ਸਾਰੀਆਂ ਸਾਰੇ ਜਿੰਨੀਆਂ ਵੀ ਲੀਡਸ ਮਿਲ ਰਹੀਆਂ ਸਾਰਿਆਂ 'ਤੇ ਕੰਮ ਕਰ ਰਹੇ ਨੇ, ਜਲਦੀ ਤੋਂ ਜਲਦੀ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਨਵੈਸਟੀਗੇਸ਼ਨ ਦੌਰਾਨ ਜਿੰਨੀਆਂ ਵੀ CCTV ਫੁਟੇਜਸ ਕੋਈ ਸਾਨੂੰ ਮਿਲਣਗੀਆਂ ਸਾਰੀਆਂ ਅਸੀਂ ਫਾਈਲ ਕਰਕੇ ਉਹਨਾਂ ਦਾ ਉੱਤੇ ਕੰਮ ਕੀਤਾ ਜਾਏਗਾ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।